ਜਦੋਂ ਅਸੀਂ ਜੋ ਸੰਘਰਸ਼ ਕਰ ਰਹੇ ਹਾਂ ਜੀ, ਇਹ 2 ਘੰਟਿਆਂ ਦੀ ਬੱਸ ਸਟੈਂਡ ਜੋ ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਆ ਸਾਰੇ ਬੰਦ ਕਰਕੇ ਅਸੀਂ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੋ ਸਰਕਾਰ ਸਾਨੂੰ ਵਾਅਦੇ ਕਰਕੇ ਮੁੱਕਰਦੀ ਹੈ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ, ਨਹੀਂ ਤਾਂ ਅਸੀਂ ਅੱਗੇ ਹੋਰ ਵੀ ਲੰਮੇ ਸੰਘਰਸ਼ ਉਲੀਕਾਂਗੇ ਤਿੱਖੇ ਸੰਘਰਸ਼। ਜੋ ਸਾਡੀਆਂ ਮੰਗਾਂ ਜੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇ ਅਤੇ ਜੋ ਰਿਪੋਰਟਾਂ ਦੀਆਂ ਨਜਾਇਜ਼ ਕੰਡੀਸ਼ਨਾਂ ਉਹਨਾਂ ਨੂੰ ਰੱਦ ਕੀਤਾ ਜਾਵੇ ਜੀ। ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਉਹਨਾਂ ਨੂੰ ਜਾਣਾ? ਅਸੀਂ ਜੋ ਸਾਡੇ ਪਿਛਲੇ ਸਮੇਂ 'ਚ ਵੀ ਅਸੀਂ ਸੰਘਰਸ਼ ਕੀਤੇ ਸੀਗੇ, ਉਸ ਟਾਈਮ ਕੈਪਟਨ ਸਾਹਿਬ ਨੇ ਸਾਨੂੰ ਜੋ ਸਾਡੀਆਂ ਮੰਗਾਂ ਮੰਨੀਆਂ ਸੀ, ਜੋ ਸਾਡੇ ਤਨਖਾਹ ਦੇ ਵਾਧੇ ਕੀਤੇ ਸੀ, ਉਹ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਉਹਦਾ ਜਾਰੀ ਨਹੀਂ ਕੀਤਾ ਜੀ। ਅਸੀਂ ਸਰਕਾਰ ਨੂੰ ਮੰਗ ਕਰਦੇ ਵੀ ਪਹਿਲਾਂ ਤਾਂ ਸਾਡੇ ਉਹ ਨੋਟੀਫਿਕੇਸ਼ਨ ਜਾਰੀ ਕਰਵਾਏ ਜਾਣ, ਨਾਲ ਹੀ ਸਾਡੇ ਜੋ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕੀਤਾ ਜਾਵੇ। ਜੋ ਸਰਕਾਰ ਨੇ ਸਾਡੇ 8 ਦਿਨਾਂ ਦਾ ਸਮਾਂ ਮੰਗਿਆ ਸੀ, ਅਸੀਂ ਉਹਨਾਂ ਨੂੰ 15 ਦਿਨਾਂ ਦਾ ਸਮਾਂ ਦੇਤਾ, ਪਰ ਹੁਣ ਅਸੀਂ ਜੋ ਨਵੇਂ ਮੁੱਖ ਮੰਤਰੀ ਉਹਨਾਂ ਨੂੰ ਵੀ 10 ਦਿਨਾਂ ਦਾ ਸਮਾਂ ਹੋਰ ਦੇ ਰਹੇ ਹਾਂ, 10 ਤਰੀਕ ਤੱਕ ਦਾ ਉਹਨਾਂ ਨੂੰ ਅਸੀਂ ਸਮਾਂ ਦੇ ਰਹੇ ਹਾਂ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਗੁਰਦੀਪ ਸਿੰਘ ਹੈ ਜੀ, ਪਨਬੱਸ PRT ਕੰਡਕਟਰ ਵਰਕਿੰਗ ਯੂਨੀਅਨ ਬਠਿੰਡਾ ਜੀ। ਅੱਜ ਅਸੀਂ ਰੋਡ ਬਦਲ ਨਹੀਂ ਜਾਵਾਂ, ਅਸੀਂ ਆਪਣੇ ਬੱਸ ਸਟੈਂਡ ਬੰਦ ਕਰਕੇ 2 ਘੰਟੇ ਸਰਕਾਰ ਦਾ ਜਿਹੜਾ ਕਰ ਰਹੇ ਹਾਂ ਰੋਸ ਪ੍ਰਗਟਾਵਾ। 14 ਤਰੀਕ ਨੂੰ ਜਿਹੜੀ ਮੀਟਿੰਗ ਸੀ ਸਾਡੇ, 30% ਤਨਖਾਹ ਦਾ ਵਾਧਾ, 2500 ਰੁਪਇਆ ਜਿਹੜਾ ਪਿਛਲਾ ਵਧਣਾ ਸੀ ਉਹ ਸਰਕਾਰ ਨੇ ਸਾਨੂੰ ਸਹਿਮਤੀ ਦਿੱਤੀ ਸੀ, ਪਰ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਅੱਜ 8 ਦਿਨ ਹੋਣ ਦੇ ਬਾਵਜੂਦ ਹੈ ਸਾਡੇ ਵਰਕਰਾਂ 'ਚ ਬਹੁਤ ਰੋਸ ਪਾਇਆ ਜਾ ਰਿਹਾ। ਇਸੇ ਰੋਸ ਦੇ ਚੱਲਦੇ ਅਸੀਂ 2 ਘੰਟੇ ਆਲ ਪੰਜਾਬ ਦੇ ਬੱਸ ਸਟੈਂਡ ਆ ਬੰਦ ਰੱਖਾਂਗੇ ਅਤੇ ਆਉਣ ਵਾਲੀ 27 ਤਰੀਕ ਨੂੰ ਅਸੀਂ ਕਿਸਾਨ ਜਥੇਬੰਦੀਆਂ ਦੇ ਸਮਰਥਨ 'ਚ ਪ੍ਰੋਪਰ ਸਾਰਾ ਦਿਨ ਜਿਹੜਾ ਜਥੇਬੰਦੀਆਂ ਨਾਲ ਸਹਿਮਤ ਹੋ ਕੇ ਬੰਦ ਦੀ ਕਾਲ ਆ ਅਤੇ 11-12 ਤਰੀਕ ਦੀ ਸਾਡੀ ਹੜਤਾਲ ਹੈਗੀ। ਜੇਕਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਬਣਦੇ ਹੱਕ ਦਿੱਤੇ ਜਾਣ, ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਜਿਹੜੇ ਸਾਡੇ ਸਾਥੀ ਨਜਾਇਜ਼ ਕੰਡੀਸ਼ਨਾਂ ਲਾ ਕੇ ਕੱਢੇ ਗਏ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਅਤੇ ਜਿਹੜੇ ਸਾਡੇ ਐਡਵਾਂਸ ਬੁੱਕਰ ਵੀਰ ਆ ਉਹਨਾਂ ਦੀ ਤਨਖਾਹ ਫਿਕਸ ਕੀਤੀ ਜਾਵੇ ਅਤੇ ਪਨਬੱਸ PRT 'ਚ ਨਵੀਆਂ ਬੱਸਾਂ ਪਾਈਆਂ ਜਾਣ ਕਿ ਲੋਕਾਂ ਨੂੰ ਸਫਲ ਸਹੂਲਤ ਵਧੀਆ ਮਿਲ ਸਕੇ ਅਤੇ 12 ਤਰੀਕ ਨੂੰ ਜੇ ਸਾਡਾ ਕੋਈ ਨੋਟੀਫਿਕੇਸ਼ਨ 10 ਤਰੀਕ ਤੱਕ ਜਾਂ ਉਦੋਂ ਪਹਿਲਾਂ ਸਰਕਾਰ ਨਹੀਂ ਕਰਦੀ ਤਾਂ 12 ਤਰੀਕ ਨੂੰ ਅਸੀਂ ਨਵੇਂ ਬਣੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਦੀ ਕੋਠੀ ਦਾ ਘਿਰਾਅ ਕਰਨ ਦਾ ਜਿਹੜਾ ਸਾਡਾ